ਜਿਹੜਾ ਖੇਤ ਵਿਖਾ ਰਿਹਾ ਇਹ ਤੇਜੇ ਵਾਲੇ ਦੀ ਧਰਤੀ ਹੈ ਜੀ। ਅਤੇ ਇੱਥੇ ਬਹੁਤ ਹੀ ਸੋਹਣੀ ਕਿਸਮ ਲੱਗੀ ਹੋਈ ਹੈ 776 ਰਾਸ਼ੀ ਦੀ, ਇਹ ਲਗਭਗ 20 ਅਪ੍ਰੈਲ ਦੀ ਬਿਜਾਈ ਹੈ। ਅਤੇ ਤੁਸੀਂ ਵੇਖ ਹੀ ਸਕਦੇ ਹੋ ਕਿ ਇਹ ਬਹੁਤ ਸੋਹਣੀ ਹਾਈਟ ਲੈ ਚੁੱਕਿਆ ਹੈ, ਲਗਭਗ 3.5-4 ਫੁੱਟ ਦੀ ਹਾਈਟ ਲੈ ਚੁੱਕਿਆ 20 ਅਪ੍ਰੈਲ ਦੀ ਬਿਜਾਈ ਵਾਲਾ ਨਰਮਾ 776। ਅਤੇ ਆਇਓ ਤੁਹਾਨੂੰ ਕਿਸਾਨ ਨਾਲ ਮਿਲਾਉਣਾ। ਇਹ ਹੈਗਾ ਜੀ ਸਾਬਕਾ ਸਰਪੰਚ ਦਸੋਂ ਤੇਜੇ ਵਾਲਾ ਬਿੰਦਰ ਸਿੰਘ, ਕੁਲਵਿੰਦਰ ਸਿੰਘ ਮੇਹਨਤ ਦੀ ਕਿਸਾਨ। ਚੱਲਿਆ ਬਹੁਤ ਸੋਹਣਾ ਜੀ, ਆਮ ਲੋਕਾਂ ਨੂੰ ਜੀ ਜੱਟਾਂ ਸਿਰ ਕਰਜ਼ੇ ਬਹੁਤ ਚੜ੍ਹੀ ਜਾਂਦੇ, ਇਕੱਲੇ ਜੱਟ ਹੀ ਨਹੀਂ ਜ਼ਿਮੀਂਦਾਰ ਭਾਈਚਾਰਾ ਜਿੰਨਾ ਵੀ ਖੇਤੀ ਕਰਦਾ, ਭਾਵੇਂ ਉਹ ਮੇਘਵਾਲ ਹੈ ਭਾਵੇਂ ਉਹ ਬਿਸ਼ਨੋਈ ਬਾਗੜੀ ਹੈ ਜਿਹੜਾ ਵੀ ਹੈਗਾ ਜਾਤ ਤੋਂ, ਉਹਨਾਂ ਨੂੰ ਚਾਹੀਦਾ ਕਿ ਥੋੜ੍ਹਾ ਵੱਖਰਾ ਕਰੋ ਖੇਤੀ 'ਚ, ਜਿਹੜਾ ਕਿ ਕਰਜ਼ੇ ਕੁਰਜ਼ੇ ਲਾ ਸਕੀਏ। ਜਿਹੜਾ HDFC 'ਚ ਵੜ ਜਾਂਦਾ ਅੱਜ ਦੇ ਟਾਈਮ 'ਚ, ਉਹਦੇ ਸਿਰ ਕਰਜ਼ਾ ਹੀ ਇੰਨਾ ਹੋ ਜਾਂਦਾ, ਉਹ ਪੈਸੇ ਇੰਨੇ ਦੇ ਦਿੰਦੇ ਆ ਕਿ ਵਿਆਜ ਲੈਂਦਾ ਹੀ ਨੀਗਾ, ਜ਼ਮੀਨ ਵੇਚ ਕੇ ਹੀ ਖੇੜਾ ਛਡਾਉਣਾ ਪੈਂਦਾ ਫਾਰਮਰ ਨੂੰ। ਕੁਛ ਵੱਖਰੇ ਢੰਗ ਨਾਲ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਠੀਕ ਹੈ ਜੀ, ਥੈਂਕ ਯੂ।